मेरी सिचुएशन है देखो, मैं मंदा, मेरी गलती है, वीडियो बनी जो भी कुछ सी। अपना पॉडकास्ट आया नवा ते मैं हैरान हाँ, लोग अपनी मर्जी दे नाल चंगे माड़े कमेंट करी जांदे ने। मैं तुहानू एक सोशल मीडिया दा असली चेहरा दिखाना। मैनू कई विच करी क्यों कीता पॉडकास्ट इहदे नाल, ये यार मतलब ओह की गल, बंदा नहीं। तुसी एक पार्ट देख रहे हो लाइफ दा, वीडियो वायरल हो जिहड़ी उहने रेहड़ी ला के काम शुरू कीता, अगले नूं वायरल करना आंदा सी काम, अपना काम ते अगले ने करके अपने पैरां ते खड़ा। एक पासे तुसी कहिंदे पंजाब बचाण दीआं गल्लां करदे हो जी, पंजाब च यूथ जा रही है, जे उत्थे रहि के काम कर रहा सी पिछले 4-5 सालों तो, ਤਾਂ ਇੰਸੀਡੈਂਟ ਤਾਂ 4-5 ਮਹੀਨੇ ਹੋਏ ਨੇ। ਚਲੋ ਇਹਨੂੰ ਵੀ ਛੱਡੋ, ਆਹ ਮੇਰਾ ਇੰਸਟਾਗ੍ਰਾਮ ਹੈ ਜਿਹੜੀ ਤਾਂ ਮੈਂ ਪਾਈ ਮਰੀਜ਼ ਦੀ ਹੈਲਪ ਦੀ ਲੋੜ ਹੈ ਵੀਡੀਓ, ਆਹ ਦੀ ਇਹਦੇ ਕਿੰਨੇ ਵਿਊ ਨੇ, ਸਵੇਰ ਦੀ ਪਾਈ ਹੋਈ ਹੈ 1,87,000, ਤੇ ਆਹ ਬਾਈ ਦੀ ਮੈਂ ਰੀਲ ਪਾਈ ਹੈ 1.1 ਮਿਲੀਅਨ, ਆਹ ਦੇਖ ਸਕਦੇ ਹੋ 1.1 ਮਿਲੀਅਨ ਤੇ 1,87,000। ਹੁਣ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਆਪਾਂ ਸਿਰਫ ਯੂਟਿਊਬ ਤੇ ਕਮੈਂਟ ਕਰੀਏ ਨੇ ਇੰਨੀ ਗੰਦੀਆਂ ਗੰਦੀਆਂ ਗਾਲਾਂ, ਤੂੰ ਕਿਉਂ ਕੀਤਾ ਆਇਆ ਕਿਉਂ ਕੀਤਾ, ਸਿਰਫ ਯੂਟਿਊਬ ਤੇ ਕਮੈਂਟ ਕਰੀਏ ਨੇ ਇੰਨੀ ਗੰਦੀਆਂ ਗੰਦੀਆਂ ਗਾਲਾਂ, ਤੂੰ ਕਿਉਂ ਕੀਤਾ ਆਇਆ ਕਿਉਂ ਕੀਤਾ। ਮਤਲਬ ਜੇ ਕਿਸੇ ਕੋ ਗਲਤੀ ਹੋ ਗਈ ਤਾਂ ਬਸ ਉਹਨੂੰ ਗੋਲੀ ਮਾਰ ਦਿਓ। ਇਸ ਤੋਂ ਵੱਡੇ ਮੁੱਦੇ ਵੀ ਪੰਜਾਬ ਚ ਹੈਗੇ ਨੇ। ਅਗਲਾ ਗਲਤੀ ਮੰਨ ਗਿਆ ਪੋਡਕਾਸਟ ਤੇ ਆ ਕੇ ਕਿ ਹਾਂ ਮੇਰੇ ਤੋਂ ਗਲਤੀ ਹੋ ਗਈ, ਮੈਂ ਹੈਰਾਨ ਹਾਂ ਲੋਕਾਂ ਤੋਂ, ਇੰਨੀ ਇੰਨਾ ਟਾਈਮ ਲਾ ਕੇ ਇੰਨਾ ਗੰਦ ਲਿਖ ਰਹੇ ਨੇ, ਤੁਸੀਂ ਉਹਦਾ ਕੁਛ ਨੀ ਵਿਗਾੜੇ, ਆਪਣੇ ਮਾੜੇ ਕਰਮ ਲਿਖ ਰਹੇ ਹੋ। ਔਰ ਪੋਡਕਾਸਟ ਜ਼ਰੂਰ ਦੇਖਿਓ ਜਾ ਕੇ ਸਾਰੇ, ਆਪਣਾ ਆਪਣਾ, ਹਾਂ ਇੱਕ ਵਧੀਆ ਭਾਸ਼ਾ 'ਚ ਆਪਣਾ ਫੀਡਬੈਕ ਦਿਓ, ਮੈਂ ਜ਼ਰੂਰ ਪੜ੍ਹੂੰਗਾ, ਅਮਲ ਵੀ ਕਰੂੰਗਾ। ਪਰ ਇਹ ਗਾਲ ਲਿਖਣੀ, ਗੰਦ ਲਿਖਣਾ, ਇਹ ਕਿੱਥੇ ਦੀ ਅਕਲਮੰਦੀ ਹੈ ਯਾਰ, ਇਹ ਬਿਲਕੁਲ ਨਾ ਕਰੋ। ਪ੍ਰੋਪਰ ਵੇ 'ਚ ਕਮੈਂਟ ਕਰਕੇ ਆਪਣਾ ਫੀਡਬੈਕ ਦਿਓ, ਤੇ ਇੱਕ ਉਹਨਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲੈਂਦੇ ਹੋ, ਤੇ ਨਾ ਇੱਦਾਂ ਕਿਸੇ ਨੂੰ ਮਜਬੂਰ ਕਰੋ ਕਿ ਉਹ ਮਰੇ ਤੇ ਕਾਰਨ ਤੁਸੀਂ ਬਣੋ। ਕਰਮਾਂ ਦਾ ਤਾਂ ਸਾਰਿਆਂ ਨੇ ਆਪਣਾ ਆਪਣਾ ਖਾਣਾ ਹੀ ਹੈ, ਮੈਂ ਮਾੜੇ ਕਰਮ ਕਰੂੰਗਾ ਭੁਗਤੂੰਗਾ, ਪਰ ਤੁਸੀਂ ਨਾ ਬਣੋ ਇੱਕ ਕਾਰਨ ਕਿ ਮੈਂ ਕੁਛ ਕਰ ਲਾਂ ਤੇ ਤੁਹਾਡੇ ਮਾੜੇ ਕਰਮ ਲਿਖ ਜਾਣ। ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ, ਤੇ ਜੇਕਰ ਤੁਸੀਂ ਵੀ ਕੁੱਲੜ ਪੀਜ਼ੇ ਵਾਲਿਆਂ ਦੀ ਸਪੋਰਟ ਦੇ ਵਿੱਚ ਹੋ ਤਾਂ ਕਮੈਂਟਾਂ ਦੇ ਵਿੱਚ ਵੀ ਸਪੋਰਟ ਕੁੱਲੜ ਪੀਜ਼ਾ ਲਿਖਣਾ ਨਾ ਭੁੱਲਣਾ, ਤੇ ਨਵੇਂ ਸਰੋਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।